ਅੱਜ ਦਿੱਲੀ ਦੇ ਬਾਰਡਰਾਂ ਤੇ ਬੈਠਾ ਆ। ਇੱਥੇ ਪਹੁੰਚਣ ਕੀ ਕਰਨਾ ਪਿਆ ਤੇ ਹੁਣ ਜਿਹੜਾ ਮੋਰਚੇ ਦੀ ਕੀ ਦਸ਼ਾ ਹੈ? ਦੇਖੋ, ਜਿਹੜਾ ਅਸੀਂ ਇੱਕ ਫੈਸਲਾ ਕੀਤਾ ਗਿਆ ਹਰਿਆਣੇ ਪੰਜਾਬ ਨੇ ਮਿਲ ਕੇ ਕੀਤਾ, ਹਰਿਆਣੇ ਵੱਲੋਂ ਸਾਡੇ ਪ੍ਰਧਾਨ ਜੀ ਹਰਿਆਣੇ ਚ ਟੋਟਲੀ ਹਰਿਆਣਾ ਇਹਨਾਂ ਦੇ ਮੈਸੇਜ ਤੇ ਫੋਲੋ ਚੱਲਦਾ ਹੈ। ਗੁਰਨਾਮ ਸਿੰਘ ਜੀ ਚੜੂਨੀ ਹਰਿਆਣਾ ਦੇ, ਬਾਕੀ ਜਥੇਬੰਦੀਆਂ ਹੈ ਨੇ ਪਰ ਛੋਟੇ ਲੈਵਲ ਤੇ ਕੋਈ ਬਲੋਕ ਲੈਵਲ ਤੇ ਕੰਮ ਕਰ ਰਿਹਾ, ਉਹ ਵੀ ਸਾਰੀਆਂ ਇਹਨਾਂ ਨੂੰ ਆਪਣਾ ਨੇਤਾ ਮੰਨਦੀਆਂ ਨੇ। ਹਰਿਆਣੇ ਚ ਸਾਨੂੰ ਕਿਸੇ ਤਰੀਕੇ ਦਾ ਸਾਨੂੰ ਇੱਕ ਪ੍ਰੋਬਲਮ ਨਹੀਂ ਵੀ ਸਾਡਾ ਲੀਡਰ ਇੱਕ ਆ। ਉਹਨਾਂ ਨੇ ਅਸੀਂ ਫੈਸਲਾ ਕੀਤਾ ਵੀ ਅਸੀਂ 26 ਨਵੰਬਰ ਨੂੰ ਅਸੀਂ ਦਿੱਲੀ ਪਹੁੰਚਣਾ, ਦਿੱਲੀ ਕੋਚ। ਠੀਕ ਹੈ, ਦਿੱਲੀ ਪਹੁੰਚਣਾ, ਆਪਣੀ ਆਵਾਜ਼ ਸੁਣਾਉਣ ਜਾਣਾ ਹੈ ਵੀ ਸਰਕਾਰ ਸਾਡੀ ਆਵਾਜ਼ ਨੀ ਸੁਣ ਰਹੀ, ਕਿਉਂਕਿ ਪਿਛਲੇ 4 ਮਹੀਨਿਆਂ ਤੋਂ ਜੁਲਾਈ ਤੋਂ ਅੰਦੋਲਨ ਸਟਾਰਟ ਹੋ ਗਿਆ ਸੀ ਹਰਿਆਣੇ ਚ ਵੀ, ਪੰਜਾਬ ਵਿਚ ਵੀ, ਪਰ ਸਰਕਾਰ ਤੇ ਕੋਈ ਅਸਰ ਨਹੀਂ ਹੋਇਆ, ਸੈਂਟਰ ਸਰਕਾਰ ਤੇ। ਠੀਕ ਹੈ, ਅਸੀਂ ਫੈਸਲਾ ਕੀਤਾ ਵੀ ਹੁਣ ਦਿੱਲੀ ਚੱਲੋ ਤੇ ਦਿੱਲੀ ਚੱਲ ਕੇ ਆਪਣੀ ਆਵਾਜ਼ ਸੁਣਾਈ ਜਾਏ ਸਰਕਾਰ। ਰਾਮਲੀਲਾ ਗਰਾਊਂਡ ਚ 26 ਨਵੰਬਰ ਦੀ ਪਰਮਿਸ਼ਨ ਮੰਗੀ ਗਈ ਵੀ ਅਸੀਂ ਰੈਲੀ ਕਰਨੀ ਹੈ। ਹਾਂਜੀ, ਇਹਨਾਂ ਨੇ ਉਹ ਪਰਮਿਸ਼ਨ ਨਹੀਂ ਦਿੱਤੀ, ਕੋਰੋਨਾ ਕਰਕੇ ਕਹਿਤਾ ਵੀ ਅਸੀਂ ਪਰਮਿਸ਼ਨ ਨਹੀਂ ਦਾਂਗੇ, ਕੋਰੋਨਾ ਫੈਲਿਆ ਹੋਇਆ। ਠੀਕ ਹੈ, ਉਸ ਤੋਂ ਬਾਅਦ 12 ਨਵੰਬਰ ਨੂੰ ਹਰਿਆਣੇ ਦੀ ਸਾਡੀ ਯੂਨੀਅਨ ਦੀ ਮੀਟਿੰਗ ਹੁੰਦੀ ਹੈ ਗੁਰਨਾਮ ਸਿੰਘ ਚੜੂਨੀ ਦੀ ਨੇਤਰਤਾ ਵਿਚ। ਠੀਕ ਹੈ, 12 ਨਵੰਬਰ ਨੂੰ ਅਸੀਂ ਆਹ ਫੈਸਲਾ ਲਿਆ, ਸਾਰਿਆਂ ਨੇ ਸਲਾਹ ਕਰਕੇ ਪ੍ਰਧਾਨ ਜੀ ਨੇ ਹੱਥ ਉੱਤੇ ਚੁੱਕਾ ਕਿਹਾ ਅਸੀਂ ਅੱਜ ਇਥੋਂ ਅਨਾਊਂਸ ਕਰਦੇ ਹਾਂ ਅਸੀਂ ਦਿੱਲੀ ਜਾਣਾ ਹੈ, ਬੈਰੀਕੇਡ ਤੋੜ ਕੇ ਜਾਣਾ ਹੈ, ਅਸੀਂ ਦਿੱਲੀ ਬੈਰੀਕੇਡ ਤੋੜ ਕੇ ਜਾਵਾਂਗੇ ਚਾਹੇ ਕਿੰਨੇ ਬੈਰੀਕੇਡ ਨਾਲ। ਠੀਕ ਹੈ, ਉਹਦੇ ਤੇ ਸਾਡਾ ਹਰਿਆਣੇ ਦਾ ਫੈਸਲਾ ਹੋ ਗਿਆ ਵੀ ਅਸੀਂ ਜਾਵਾਂਗੇ ਦਿੱਲੀ ਜ਼ਰੂਰ, ਜੇ ਸਰਕਾਰ ਬੈਰੀਕੇਡ ਵੀ ਲਾਏਗੀ ਅਸੀਂ ਬੈਰੀਕੇਡ ਤੋੜਾਂਗੇ। ਓਕੇ, ਦੂਜੇ ਪਾਸੇ 18 ਨਵੰਬਰ ਨੂੰ ਇੱਕ ਪੰਜਾਬ ਦੀ ਚੰਡੀਗੜ੍ਹ ਕਿਸਾਨ ਭਵਨ ਮੀਟਿੰਗ ਸੀ, ਉਹਦੇ ਚ ਗੁਰਨਾਮ ਸਿੰਘ ਚੜੂਨੀ ਨੇ ਪਹੁੰਚਣਾ ਸੀ ਜੀ ਹਰਿਆਣੇ ਵੱਲੋਂ। ਠੀਕ ਹੈ, ਉੱਥੇ ਚੜੂਨੀ ਸਾਹਿਬ ਨੇ ਪੰਜਾਬ ਦੇ ਲੀਡਰਾਂ ਨੂੰ ਕਿਹਾ ਤੁਸੀਂ ਵੀ ਸਾਡੇ ਵਾਲੇ ਬਿਆਨ ਦੇ ਦੋ, ਅਸੀਂ ਬੈਰੀਕੇਡ ਤੋੜਾਂਗੇ ਤੇ ਦਿੱਲੀ ਪਹੁੰਚਾਂਗੇ। ਪੰਜਾਬ ਦੇ ਲੀਡਰ ਉਸ ਸਮੇਂ ਇਸ ਗੱਲ ਤੇ ਸਹਿਮਤ ਨਹੀਂ ਹੋਏ, ਉਹ ਬੋਲੇ ਨਹੀਂ ਸਾਨੂੰ ਜਿੱਥੇ ਹਰਿਆਣੇ ਦੀ ਪੁਲਿਸ ਹਰਿਆਣਾ ਬਾਰਡਰਾਂ ਤੇ ਰੁਕੇਗੀ ਅਸੀਂ ਉੱਥੇ ਰੁਕ ਕੇ ਅਸੀਂ ਉੱਥੇ ਧਰਨੇ ਲਾਵਾਂਗੇ। ਅੱਛਾ ਜੀ, ਇਹ ਕੋਡਿਡ ਗੱਲ ਹੈ, ਮੀਟਿੰਗ ਚ ਉਹਨਾਂ ਪ੍ਰੈਸ ਕਾਨਫਰੰਸ ਤੇ ਕਿਹਾ ਵੀ ਅਸੀਂ ਬੈਰੀਕੇਡ ਨਹੀਂ ਤੋੜਾਂਗੇ, ਅਸੀਂ ਹਰਿਆਣਾ ਪੁਲਿਸ, ਹਰਿਆਣਾ ਚ ਕੋਈ ਬੀਜੇਪੀ ਸਰਕਾਰ ਹੈ। ਹਾਂਜੀ, ਉਹਨਾਂ ਦੇ ਹਰਿਆਣਾ ਦੀ ਯਾਦ ਹੈ, ਮੈਨੂੰ ਵੀ ਯਾਦ ਹੈ ਕਿ ਉਹਨਾਂ ਦੇ ਬਿਆਨ ਪੜੇ ਸੀ ਵੀ ਜਿੱਥੇ ਸਰਕਾਰ ਰੋਕ ਦੇਊਗੀ ਅਸੀਂ ਉੱਥੇ ਧਰਨਾ ਲਾ ਕੇ ਬਹਿ ਜਾਾਂਗੇ, ਉਹ ਤੇ ਧਰਨਾ ਲਾ ਕੇ ਬਹਿ ਜਾਾਂਗੇ ਹਰਿਆਣੇ ਦੇ ਬੋਰਡਰਾਂ ਦੇ। ਹਾਂਜੀ, ਹੈ ਉਸ ਤੋਂ ਬਾਅਦ ਕੀ ਹੁੰਦਾ, ਅਸੀਂ ਆਪਣੀ ਪਲਾਨਿੰਗ ਚੇਂਜ ਕਰਤੀ ਵੀ ਅਸੀਂ 25 ਨਵੰਬਰ ਨੂੰ, 26 ਨਵੰਬਰ ਤੋਂ ਇੱਕ ਦਿਨ ਪਹਿਲਾਂ ਹੀ ਅਸੀਂ ਦਿੱਲੀ ਕੁਛ ਵੀ ਨਿਕਲਾਂਗੇ। ਠੀਕ ਹੈ, ਸਾਡਾ ਇੱਕ ਅੰਬਾਲਾ ਜ਼ਿਲ੍ਹਾ ਪੈਂਦਾ ਜੀ, ਬਿਲਕੁਲ ਪੰਜਾਬ ਦੇ ਟੱਚੇ, ਚੰਡੀਗੜ੍ਹ ਦੇ ਟੱਚੇ ਚ। ਹਾਂਜੀ, ਅੰਬਾਲੇ ਜ਼ਿਲ੍ਹੇ ਤੋਂ ਅਸੀਂ ਉੱਥੇ ਇੱਕ ਆਪਣਾ ਸਾਡੇ ਇੱਕ ਮੰਡੀ ਹੈ, ਉਸ ਮੰਡੀ ਦੇ ਅਸੀਂ ਲੋਕੇਸ਼ਨ ਦੇਤੀ ਵੀ 25 ਨਵੰਬਰ ਨੂੰ ਅਸੀਂ ਦਿੱਲੀ ਲਈ ਨਿਕਲ ਪੈਣਾ। ਠੀਕ ਹੈ, ਸਾਡੀ ਕੱਲੀ ਯੂਨੀਅਨ ਐਵੇਂ ਦੀ ਸੀ ਜਿਹਦੇ ਕੋਲ ਬੈਰੀਕੇਡ ਤੋੜਨ ਦੀ, ਜਿਹਨੇ ਪਹਿਲਾਂ ਟ੍ਰੇਨਿੰਗ ਵੀ ਲਈ, ਜਿਹਨੇ ਇੱਕ ਟੀਮ ਵੀ ਤਿਆਰ ਕੀਤੀ ਵੀ ਉਹ ਟੀਮ ਅਲੱਗ ਸੀ ਜਿਹੜੀ ਬੈਰੀਕੇਡ ਤੋੜੇਗੀ। ਅੱਛਾ ਜੀ, ਉਹਦੇ ਲਈ 3 ਟਰੈਕਟਰ ਅਲੱਗ, 10 ਨੌਜਵਾਨ ਮੁੰਡਿਆਂ ਦੀ ਟੀਮ, ਉਹਨਾਂ ਨੂੰ ਜੋ ਜੋ ਟੂਲ ਚਾਹੀਦੇ ਸਨ, ਕਿਵੇਂ ਬੈਰੀਕੇਡ ਤੋੜਨੇ ਨੇ, ਉਹ ਸਭ ਕੁਛ ਇੰਤਜ਼ਾਮ ਕਰ ਲਿਆ ਗਿਆ। ਠੀਕ ਹੈ, ਪਰ ਹਰਿਆਣਾ ਸਰਕਾਰ ਨੇ ਅਗਲਾ ਕੰਮ ਚਾਲੂ ਕਰਤਾ 23 ਨਵੰਬਰ ਨੂੰ, ਉਹਨਾਂ ਹਰਿਆਣੇ ਦੇ ਟੋਪ ਜਿਹੜੇ 50-50 ਲੀਡਰ ਸਨ ਉਹਨਾਂ ਨੂੰ ਰਾਤ ਨੂੰ ਰੇਡਾਂ ਮਾਰ ਕੇ ਚੁੱਕ ਲਿਆ। ਅੱਛਾ ਜੀ, ਜਿਹਦੇ ਮੇਰੀ ਵੀ ਗ੍ਰਿਫਤਾਰੀ 23 ਨਵੰਬਰ ਨੂੰ, ਮੈਨੂੰ ਵੀ ਚੁੱਕ ਲਿਆ ਗਿਆ ਇੱਥੋਂ ਦੀ ਕ੍ਰਾਈਮ ਬ੍ਰਾਂਚ ਦੁਆਰਾ, CI ਸਟਾਫ ਦੁਆਰਾ, ਤੇ ਸਾਨੂੰ ਲਿਜਾ ਕੇ ਜੇਲਾਂ ਚ ਰੋਕਤਾ ਵੀ ਇਹ ਇਹਨਾਂ ਨੇ ਤਿਆਰੀ ਕੀਤੀ ਹੈ। ਹਾਂਜੀ ਹਾਂਜੀ, ਪਰ 25 ਨਵੰਬਰ ਨੂੰ ਕੀ ਹੋਇਆ, ਫਿਰ ਵੀ ਪੁਲਿਸ ਦੀ ਬਹੁਤ ਸਖਤਾਈ ਤੋਂ ਬਾਅਦ ਵੀ ਸਾਡਾ 2-2.5 ਹਜ਼ਾਰ ਬੰਦਾ, ਕੋਈ 100 ਟਰਾਲੀ, ਕੁਛ ਗੱਡੀਆਂ ਤੇ ਸਾਡੇ ਬੰਦੇ ਉਸ ਮੰਡੀ ਚ ਇਕੱਠੇ ਹੋ ਗਏ, ਸਾਡੀ ਉਹ ਟੀਮ ਵੀ ਪਹੁੰਚ ਗਈ ਜਿਹਨੇ ਬੈਰੀਕੇਡ ਤੋੜਨੇ ਸਨ। ਅੱਛਾ ਜੀ, ਤੇ ਗੁਰਨਾਮ ਸਿੰਘ ਚੜੂਨੀ ਜੀ ਦਾ ਗ੍ਰਿਫਤਾਰੀ ਨਹੀਂ ਹੋ ਪਾਈ, ਉਹ ਬਚ ਗਏ, ਜਿਹਦੇ ਕਰਕੇ ਸਾਡਾ ਉਹ ਮਤਲਬ ਸਾਰਾ ਕੁਛ ਠੀਕ ਰਿਹਾ ਵੀ ਉਹ ਉਹਨਾਂ ਦੀ ਗ੍ਰਿਫਤਾਰੀ ਤੋਂ ਬਚ ਗਏ, ਉਹ ਅੰਡਰਗਰਾਊਂਡ ਰਹੇ 3 ਦਿਨ। ਉਸ ਤੋਂ ਬਾਅਦ ਜਦੋਂ ਅਸੀਂ ਅੰਬਾਲੇ ਤੋਂ ਅਸੀਂ ਪਹਿਲਾਂ ਬੈਰੀਕੇਡ ਓਨਲੀ 10 ਮਿੰਟਾਂ ਚ ਬੈਰੀਕੇਡ ਸਾਰਾ ਤੋੜਤਾ ਸੀ ਸਾਡੀ ਟੀਮ ਨੇ। ਅੱਛਾ ਜੀ, ਉੱਥੇ ਇੱਕ ਸਾਡਾ ਮੁੰਡਾ ਨਵਦੀਪ ਏ ਅੰਬਾਲੇ ਤੋਂ, ਉਹਨੇ ਵਾਟਰ ਕੈਨਨ ਜਿਹੜੀ ਮਸ਼ੀਨ ਸੀ ਉਹਦਾ ਮੂੰਹ ਮੋੜਤਾ ਸੀ ਉੱਤੇ ਚੜ ਕੇ ਪੁਲਿਸ ਵਾਲੀ ਸਾਈਡ ਕਰਤਾ ਸੀ। ਹਾਂਜੀ ਹਾਂਜੀ, ਉਹ ਵੀਡੀਓ ਬਹੁਤ ਵਾਇਰਲ ਹੋਇਆ। ਹਾਂਜੀ, ਵੀਡੀਓ ਵਾਇਰਲ ਵੀ ਹੋਈ ਹੈ। ਹਾਂ, ਉਹ ਮੇਰਾ ਸਾਡਾ ਭਤੀਜਾ ਹੀ ਹੈ, ਸਾਡਾ ਯੂਨੀਅਨ ਦਾ ਸਾਥੀ ਹੈ, ਜੈ ਸਿੰਘ ਉਹਦਾ ਲੜਕਾ ਹੈ, ਅੰਬਾਲੇ ਜ਼ਿਲ੍ਹੇ ਤੋਂ ਬਿਲੋਂਗ ਕਰਦਾ ਹੈ। ਅੱਛਾ ਜੀ, ਤਾਂ ਉਸ ਤੋਂ ਬਾਅਦ ਕੀ ਹੋਇਆ ਜੀ, ਜਿਹੜੀਆਂ ਉਹ ਵੀਡੀਓ ਸਨ ਜਦੋਂ ਨਵਦੀਪ ਨੇ ਪਾਣੀ ਮੋੜਿਆ, ਜਦੋਂ ਹਰਿਆਣੇ ਵਾਲਿਆਂ ਅਸੀਂ ਬੈਰੀਕੇਡ ਤੋੜਨੇ ਸਟਾਰਟ ਕਰਤੇ, ਉਹ ਵੀਡੀਓ ਵਾਇਰਲ ਹੋ ਗਈਆਂ ਸੋਸ਼ਲ ਮੀਡੀਆ ਤੇ ਪੰਜਾਬ ਵਿਚ, ਪੂਰੇ ਇੰਡੀਆ ਚ। ਠੀਕ ਹੈ,
ਉਸ ਤੋਂ ਬਾਅਦ ਜਿਹੜਾ ਪੰਜਾਬ ਦਾ ਯੂਥ ਸੀ ਉਹ ਪੰਜਾਬ ਦੇ ਲੀਡਰਾਂ ਤੋਂ ਬਾਗੀ ਹੋ ਗਿਆ ਵੀ ਅਸੀਂ ਜਦੋਂ ਹਰਿਆਣੇ ਨੇ ਬੈਰੀਕੇਡ ਤੋੜਤੇ ਹੁਣ ਅਸੀਂ ਬੈਰੀਕੇਡ ਨਹੀਂ ਤੋੜਨੇ ਨੇ ਅਸੀਂ ਇੱਥੇ ਬੋਰਡਰਾਂ ਤੇ ਨਹੀਂ ਜਾਣਾ। ਠੀਕ ਹੈ। ਇਹਨਾਂ ਫਿਰ 26 ਤਰੀਕ ਨੂੰ ਸਵੇਰੇ ਸੰਭੂ ਬਾਰਡਰ ਤੋੜਤਾ ਗਿਆ, ਉਹਨਾਂ ਨੂੰ ਤੋੜ ਕੇ ਅਸੀਂ 26 ਨੂੰ ਪਹੁੰਚ ਗਏ ਕਰਨਾਲ, ਅਗਲੇ ਤੀਜੇ ਜ਼ਿਲ੍ਹੇ ਚ ਪਹੁੰਚ ਗਏ ਅਸੀਂ ਬੈਰੀਕੇਡ ਤੋੜਦੇ ਹੋਏ। ਠੀਕ ਹੈ। ਤਾਂ ਉਸ ਤੋਂ ਬਾਅਦ ਪੰਜਾਬ ਐਂਟਰ ਹੋ ਗਿਆ ਸੰਭੂ ਬਾਰਡਰ ਤੋਂ, ਫਿਰ ਪਰਲੇ ਬਾਰਡਰ ਇੱਕ ਗੁੱਲੇ ਚੀਕੇ ਦਾ ਲੱਗਦਾ ਉੱਥੋਂ ਐਂਟਰ ਹੋ ਗਏ। ਉਸ ਤੋਂ ਬਾਅਦ ਫਿਰ ਉਗਰਾਹ ਯੂਨੀਅਨ 27 ਤਰੀਕ ਨੂੰ ਬੈਰੀਕੇਡ ਤੋੜ ਕੇ ਉਹ ਐਂਟਰ ਹੋ ਗਏ। ਕਹਿਣ ਦਾ ਮਤਲਬ ਅਸੀਂ ਕੁੱਲ ਮਿਲਾ ਕੇ 27 ਨਵੰਬਰ ਨੂੰ ਦਿੱਲੀ ਦਾ ਜਿੱਥੇ ਬਾਰਡਰ ਆ ਜਾਂਦਾ ਹਰਿਆਣਾ ਦਿੱਲੀ ਦਾ ਬਾਰਡਰ, ਉੱਥੋਂ ਤੱਕ ਪਹੁੰਚ ਗਏ। ਉੱਥੇ ਪੁਲਿਸ ਨੇ ਪੱਕੇ ਬੈਰੀਕੇਡ ਲਾ ਕੇ ਉੱਥੇ ਰੋਕਤਾ। ਮਤਲਬ ਪਹਿਲ ਕਦਮ ਤੋੜਨ ਦੀ ਜਿਹੜੀ ਆ ਤੁਹਾਡੇ ਵੱਲੋਂ ਹੋਈ ਆ, ਹਰਿਆਣੇ ਵੱਲੋਂ ਹੋਈ ਆ, ਚਡੂਨੀ ਸਾਹਿਬ ਵੱਲੋਂ ਹੋਈ ਹੈ ਜੀ। ਉਹਨਾਂ ਨੂੰ ਬੈਰੀਕੇਡ ਬ੍ਰੋਕਰ ਕਿਹਾ ਜਾਂਦਾ ਹੈ, ਬੈਰੀਕੇਡ ਸਪੈਸ਼ਲਿਸਟ ਹੈ ਤੋੜਨੇ ਚ ਬੰਦਾ ਜੀ। ਠੀਕ ਹੈ। ਤਾਂ ਇਹ ਚੀਜ਼ ਮਤਲਬ ਇਹ ਚੀਜ਼ ਕਹਿਣ ਦੀ ਨਹੀਂ, ਇਹ ਪੂਰੇ ਪੰਜਾਬ ਨੂੰ ਹਰ ਬੰਦਾ ਮੰਨਦਾ ਹੈ, ਉਹਨਾਂ ਨੂੰ ਪਤਾ ਹੈ ਵੀ ਜਿਹੜੇ ਮਤਲਬ ਕਿਉਂਕਿ ਉਹਨਾਂ ਦਾ ਫੈਸਲਾ ਦੂਜਾ ਸੀ, ਪਰ ਉਹਨਾਂ ਨੂੰ ਹਾਲਾਤ ਵੇਂਦੇ ਹੋਏ, ਲੋਕਾਂ ਦਾ ਜੋਸ਼ ਵੇਂਦੇ ਹੋਏ, ਯੂਥ ਦਾ ਗੱਲ ਸੁਣਦੇ ਹੋਏ ਉਹ ਫੈਸਲਾ ਬਦਲਣਾ ਪਿਆ। ਠੀਕ ਹੈ। ਤਾਂ ਬਾਕੀ ਗੱਲ ਕੀ ਹੈ ਜੀ, ਹਰਿਆਣਾ ਨੇ ਬੀਜੇਪੀ ਦਾ ਰਾਜ ਪਿਛਲੇ 6-7 ਸਾਲ ਤੋਂ ਦੇਖ ਰਿਹਾ ਹੈ। ਪੰਜਾਬ ਨੇ ਕਦੀ ਬੀਜੇਪੀ ਦਾ ਰਾਜ ਨਹੀਂ ਦੇਖਿਆ। ਹਾਂਜੀ ਹਾਂਜੀ। ਹਰਿਆਣੇ ਵਿਚ ਸਾਡੇ ਤੇ ਬਹੁਤ ਅਤਿਆਚਾਰ ਹੋਏ ਨੇ, ਲਾਠੀ ਚਾਰਜ ਵੀ ਸਾਡੇ ਹੋਏ, ਸਾਡੇ ਸਿਰ ਵੀ ਪਾੜੇ ਗਏ, ਅੜੀਆਂ ਤੋੜੀਆਂ ਗਈਆਂ ਸਾਡੇ ਤੇ। ਹੁਣ ਮੇਰੇ ਤੇ ਵੀ ਘੱਟੋ ਘੱਟ 10-12 ਧਾਰਾ ਦੇ ਮੁਕੱਦਮੇ ਦਰਜ ਨੇ। ਜਿਹੜਾ ਮੁੱਖਿਆ ਮੰਤਰੀ ਸੀ ਹਰਿਆਣੇ ਦਾ, ਹੈਲੀਕਾਪਟਰ ਨੀ ਉਤਰਨ ਦਿੱਤਾ ਸੀ, ਉੱਤੋਂ ਦੀ ਉੱਤੋਂ ਭਜਾਤਾ ਸੀ, ਉਹ ਮੇਰਾ ਏਰੀਆ, ਮੈਂ ਕਰਨਾਲ ਜ਼ਿਲ੍ਹੇ ਦਾ ਇੰਚਾਰਜ ਹਾਂ। ਠੀਕ ਹੈ। ਤਾਂ ਕਰਨਾਲ ਜ਼ਿਲ੍ਹੇ ਦਾ ਮੇਰਾ ਹੀ ਹਲਕਾ ਹੈ, ਜਿੱਥੋਂ ਮੇਰੇ ਪਿੰਡ ਤੋਂ 3 ਕਿਲੋਮੀਟਰ ਪਿੰਡ ਸੀ, 4 ਕਿਲੋਮੀਟਰ ਜਿੱਥੇ ਸੀ, ਉਹ ਤਾਂ ਹੈਲੀਕਾਪਟਰ ਨੀ ਉਤਰਨ ਦਿੱਤਾ। ਤਾਂ ਉਹਦੇ ਵਿਚ ਮੇਰੇ ਨਾਲ ਮੇਰੇ ਤੇ ਮੇਰੇ 900 ਬੰਦਿਆਂ ਦੇ ਪਰਚਾ ਦਰਜੇ ਜੀ, ਅਲੱਗ ਅਲੱਗ ਧਾਰਾ ਦੇ। ਠੀਕ ਹੈ। ਤਾਂ ਹਰਿਆਣੇ ਨੇ ਅੰਦੋਲਨ ਅਲੱਗ ਤਰੀਕੇ ਦਾ ਸੀ, ਪੰਜਾਬ ਵਿਚ ਕੀ ਸੀ, ਜਿਹੜੀ ਮੌਜੂਦਾ ਗੌਰਮੈਂਟ ਤੇ ਵਿਪਕਸ਼ ਸਾਰੇ ਨਾਲ ਸਨ ਅੰਦੋਲਨ ਦੇ। ਠੀਕ ਹੈ। ਹਰਿਆਣੇ ਵਿਚ ਸਰਕਾਰ ਨੇ ਜੋ ਕਰ ਸਕਦੀ ਸੀ ਸਰਕਾਰ, ਸਿਰਫ ਇੱਕ ਲਾਸਟ ਆ ਸੀ ਵੀ ਉਹਨਾਂ ਗੋਲੀ ਨੀ ਚਲਾਈ, ਬਾਕੀ ਉਹਨਾਂ ਪੂਰਾ ਜ਼ੋਰ ਲਗਾਇਆ, ਚਾਹ ਪਾਣੀ ਦੀਆਂ ਵਿਚਾਰਾਂ, ਚਾਹ ਲਾਠੀ ਚਾਰਜ, ਚਾਹ ਪਰਚੇ ਦਰਜ, ਚਾਹ ਸਾਨੂੰ ਜੇਲਾਂ ਚ ਰੋਕਤਾ, ਕੰਮ ਜੋ ਕਰ ਸਕਦੀ ਸਰਕਾਰ ਕੀਤਾ। ਵੱਡੇ ਵੱਡੇ ਟੋਏ ਵੀ ਪੱਟਤੇ ਸੜਕਾਂ ਦੇ ਆਲੇ ਦੁਆਲੇ ਹਾਈਵੇ, ਵੱਡੇ ਵੱਡੇ ਟੋਏ ਪੱਟਤੇ ਜੀ, ਸਾਰਾ ਕੁਛ। ਮਤਲਬ ਕਹਿਣ ਦਾ ਮਤਲਬ ਜੋ ਸਰਕਾਰ ਅਤਿਆਚਾਰ ਕਰ ਸਕਦੀ ਸੀ ਉਹ ਕੀਤਾ ਸਾਡੇ ਹਰਿਆਣੇ ਤੋਂ ਨਾ। ਠੀਕ ਹੈ। ਤਾਂ ਬਾਕੀ ਆਏ ਹਰਿਆਣਾ, ਫਿਰ ਵੀ ਅਸੀਂ ਇਹ ਹੁਣ ਸਾਡੇ ਪ੍ਰਧਾਨ ਜੀ ਤੇ ਗੁਰਨਾਮ ਸਿੰਘ ਚਡੂਨੀ ਤੇ 35 ਪਰਚੇ ਅਲੱਗ ਅਲੱਗ ਦਰਜ ਨੇ ਜੀ। ਅੱਛਾ ਜੀ। ਜੇ ਉਹਨਾਂ ਨੂੰ ਸਜ਼ਾ ਭੁਗਤਣੀ ਪੈ ਜਾਵੇ ਉਹਨਾਂ ਪਰਚਾ ਜੇ ਉਹਨਾਂ 3 ਪੀੜੀਆਂ ਦੁਬਾਰਾ ਜਨਮ ਲਏਗਾ ਤਾਂ ਸਜ਼ਾ ਪੂਰੀ ਹੋਏਗੀ, ਇੰਨੇ ਪਰਚੇ ਨੇ ਜੀ।